he was a jezebel hater o oh, jezebel nu no nafrat karn wala si but who was a genuine sister he gave her a place unhe kya ke ek asli aurat tahira hai jo apne sthan te bani rehande a are you understanding ki tuhi samjh rahe ho all these things are in the message ye sab cheeza sandesh de vich han that's why the houses of believers are set in order ese karke ghar ate vishwashi bade ਆਰਡਰ ਦੇ ਵਿੱਚ ਐਂਡ ਬਿਲੀਵ ਅਸ ਆਬੇਡ ਆਰ ਉਹ ਅਨੁਸ਼ਾਸਨ ਚ ਰੱਖੇ ਜਾਂਦੇ ਹਨ ਅਤੇ ਵਿਸ਼ਵਾਸੀ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ ਦੈਟਸ ਵਾਈ ਦੇ ਆਰ ਬਲੇਸਡ ਇਸੇ ਕਰਕੇ ਉਹਨਾਂ ਨੂੰ ਬਰਕਤ ਮਿਲਦੀ ਹੈ ਦੈਟ ਇਜ਼ ਵਾਈ ਦੇ ਮੁਵ ਫੋਰਵਰਡ ਇਸੇ ਕਰਕੇ ਉਹ ਅੱਗੇ ਵਧਦੇ ਹਨ ਇਫ ਆਈ ਸਪੀਕ ਅਬਾਊਟ ਅ ਪਾਸਟਰ ਇਨ ਅ ਚਰਚ ਸਿਟ ਡਾਊਨ ਪਲੀਜ਼ ਦੈਟਸ ਜੈਏ ਜਦੋਂ ਮੈਂ ਪਾਸਟਰ ਤੇ ਤੇ ਕਲੀਸਿਆ ਦੇ ਬਾਰੇ ਚ ਬੋਲਦਾ ਹਾਂ ਆ ਪਾਸਟਰ ਇਜ਼ ਲਾਈਕ ਅ ਹਸਬੈਂਡ ਟੂ ਦ ਚਰਚ ਜਦੋਂ ਮੈਂ ਪਾਸਟਰ ਤੇ ਕਲੀਸਿਆ ਦੇ ਬਾਰੇ ਵਿੱਚ ਬੋਲਦਾ ਹਾਂ ਪਾਸਟਰ ਆਪਣੀ ਕਲੀਸਿਆ ਦੇ ਲਈ ਇੱਕ ਪਤੀ ਹੁੰਦਾ ਆ ਬਿਕੋਜ਼ ਦੈਟ ਇਜ਼ ਦ ਬਾਡੀ ਗੋਡ ਇਜ਼ ਯੂজিং ਟੂ ਬ੍ਰਿੰਗ ਹਿਸ ਸੀਡ ਵਰਡ ਟੂ ਦ ਚਰਚ ਕਿਉਂਕਿ ਖੁਦਾ ਉਸ ਦੇ ਨੂੰ ਵਰਤ ਰਿਹਾ ਹੁੰਦਾ ਆ ਆਪਣਾ ਬੀਜ ਉਤਾਰਨ ਲਈ ਆਪਣੀ ਕਲੀਸਿਆ ਦੇ ਅੰਦਰ ਦੈਟਸ ਰਾਈਟ ਇਹ ਬਿਲਕੁਲ ਠੀਕ ਹੈ ਐਂਡ ਇਟ ਇਜ਼ ਐਟ ਦੈਟ ਟਾਈਮ ਵੀ ਸ਼ੁਡ ਅੰਡਰਸਟੈਂਡ ਇਸ ਸਮੇਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਦੈਟ ਦ ਚਰਚ ਸ਼ੁਡ ਨਾਟ ਰੂਲ ਓਵਰ ਦ ਪਾਸਟਰ ਇਥੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਕਲੀਸਿਆ ਨੂੰ ਪਾਸਟਰ ਉੱਤੇ ਹੁਕਮਰਾਨ ਨਹੀਂ ਹੋਣਾ ਚਾਹੀਦਾ ਬਸ ਸ਼ੁਡ ਬੀ ਸਬਜੈਕਟ ਪਰ ਉਹਨੂੰ ਅਧੀਨ ਹੋਣਾ ਚਾਹੀਦਾ ਇਜ਼ ਥੈਨ ਥੈਟ ਗੋਡ ਵਿਲ ਬlesਸ ਥੈਟ ਚਰਚ ਤੇ ਇਸ ਤਰੀਕੇ ਨਾਲ ਖੁਦਾ ਕਲੀਸਿਆ ਨੂੰ ਬਰਕਤ ਦੇਵੇਗਾ ਐਂਡ ਥੈਟ ਇਜ਼ ਵਾਈ ਵੀ ਫਾਈਂਡ ਦੋਸ ਚਰਚਸ ਵਿਚ ਫਾਲੋ ਦਿਸ ਆਰ ਬlesਸਡ ਐਸੇ ਕਰਕੇ ਸੀ ਦੇਖਦੇ ਆ ਉਹ ਕਲੀਸਿਆ ਜਿਹੜੀ ਇਸ ਕਾਨੂੰਨ ਦੀ ਪਾਲਣਾ ਕਰਦੀ ਆ ਉਹਨਾਂ ਕਲੀਸਿਆਵਾਂ ਨੂੰ ਬਰਕਤ ਮਿਲਦੀ ਆ ਆਲਵੇਜ਼ ਰਿਮੈਂਬਰ ਹਮੇਸ਼ਾ ਯਾਦ ਰੱਖੋ there will be many things your pastor would say which you would not understand but just believe it and follow it ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਆ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਜੋ ਤੁਹਾਡਾ ਪਾਸਟਰ ਬੋਲੇਗਾ ਅਤੇ ਤੁਹਾਡੀ ਸਮਝ ਵਿੱਚ ਵੀ ਨਹੀਂ ਆਉਣਗੀਆਂ ਪਰਕਤ ਪਾਣ ਲਈ ਉਹਨਾਂ ਗੱਲਾਂ ਦਾ ਵਿਸ਼ਵਾਸ ਕਰੋ and quietly follow it ਚੁੱਪਚਾਪ ਉਹਨਾਂ ਗੱਲਾਂ ਨੂੰ ਮੰਨੋ few months will go ਕੁਝ ਮਹੀਨੇ ਬੀਤ ਜਾਣਗੇ ਮੇਬੀ ਅ ਫਿਊ ইয়ারਸ ਕੁਝ ਸਾਲ ਬੀਤ ਜਾਣਗੇ ਥੈਨ ਦਿਸ ਰਿਵਿਲੇਸ਼ਨ ਵਿਲ ਓਪਨ ਟੂ ਯੂ ਫੇਰ ਉਹ ਗੱਲ ਜਿਹੜੀ ਨਬੀ ਤੁਹਾਡਾ ਪ੍ਰਚਾਰਕ ਪ੍ਰਚਾਰ ਕਰ ਰਿਹਾ ਉਹਦਾ ਪ੍ਰਕਾਸ਼ਨ ਤੁਹਾਡੇ ਉੱਤੇ ਖੁੱਲ ਜਾਵੇਗਾ ਐਂਡ ਥੈਨ ਯੂਲ ਅੰਡਰਸਟੈਂਡ ਫੇਰ ਤੁਸੀਂ ਸਮਝੋਗੇ ਥੈਂਕ ਗੋਡ ਤੁਸੀਂ ਕਹੋਗੇ ਪ੍ਰਭੂ ਤੇਰਾ ਤਾਨਮਾ ਆਈ ਹਰਡ ਮਾਈ ਪਾਸਟਰ 댓 ਡੇ ਮੈਂ ਉਸ ਦਿਨ ਆਪਣੇ ਪਾਸਟਰ ਨੂੰ ਸੁਣਿਆ ਸੀ ਆ ਵੰਟ ਟੂ ਟੈਲ ਯੂ ਮਾਈ ਬ੍ਰਦਰ ਭਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਟ੍ਰਾਈ ਟੂ ਫਾਲੋ ਥੈਟ ਰੂਲ ਇਸ ਕਾਨੂੰਨ ਨੂੰ ਮੰਨੋ देयर आर सम पीपल ਕੁਝ ਲੋਕ ਹੁੰਦੇ ਹਨ ਐਂਡ ਆਵ ਸੀਨ देम इवन इन दिस मैसेज ਮੈਂ ਸੰਦੇਸ਼ ਦੇ ਵਿੱਚ ਵੀ ਕਈ ਐਸੇ ਲੋਕ ਦੇਖੇ ਹਨ ਹੂ ਟਰਾਈ ਟੂ ਰੂਲ ਓਵਰ ਮਿਨਿਸਟਰਸ ਕਈ ਐਸੀਆਂ ਕਲੀਸੀਆਂ ਵਾ ਹਨ ਜੋ ਪਾਸਟਰ ਦੇ ਉੱਤੇ ਹੁਕਮ ਕਰਦੇ ਹਨ ਸਮ ਪੀਪਲ ਸਮ ਇੰਡੀਵਿਜੂਅਲਸ ਕੁਝ ਕੁਝ ਲੋਕ ਹੁੰਦੇ ਹਨ ਕਲੀਸੀਆ ਦੇ ਅੰਦਰ ਜੋ ਪਾਸਟਰ ਦੇ ਉੱਤੇ ਕਾਬੂ ਪਾਉਣਾ ਚਾਹੁੰਦੇ ਹਨ ਦੈਟਸ ਰਾਈਟ ਅਦਰ ਮਿਨਿਸਟਰਸ ਆਲਸੋ ਦੂਸਰੇ ਸੇਵਕ ਵੀ ਦੈਟਸ ਰਾਈਟ ਦੇ ਵਾਂਟ ਟੂ ਕੀਪ ਮਿਨਿਸਟਰਸ ਇਨ देयर ਹੈਂਡਸ ਉਹ ਚਾਹੁੰਦੇ ਹਨ ਕਿ ਸੇਵਕ ਸਾਡੇ ਕਾਬੂ ਵਿੱਚ ਹੋਵੇ ਸਾਡੇ ਹੱਥ ਚ ਹੋਵੇ ਐਂਡ ਅ ਰੀਅਲ ਹੋਲੀ ਗੋਸਟ ਫਿਲਸ ਮਿਨਿਸਟਰ will never come in hands of such people ਪਰ ਅਸਲੀ ਪਵਿੱਤਰ ਆਤਮਾ ਪਾਇਆ ਸੇਵਕ ਕਦੇ ਲੋਕਾਂ ਦੇ ਕਾਬੂ ਵਿੱਚ ਨਹੀਂ ਆਵੇਗਾ ਹੀ ਇਸ ਅੰਡਰ ਸਬਜੈਕਸ਼ਨ ਟੂ ਦਾ ਵਰਡ ਉਹ ਵਚਨ ਦੀ ਅਧੀਨਗੀ ਦੇ ਹੇਠ ਹੁੰਦਾ ਹੈ ਹੀ ਇਸ ਕੈਟਰਿੰਗ ਟੂ ਦਾ ਵਰਡ ਉਹ ਵਚਨ ਦੇ ਅਧੀਨ ਹੁੰਦਾ ਹੈ ਦੈਟਸ ਰਾਈਟ ਬਿਲਕੁਲ ਠੀਕ ਹੈ Harold Branham gave example of John Doe. Bhai Branham ne John Doe de bare ch kiven udaharan ditti? How many of you read about John Doe? ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਜான் ਡੋ ਦੇ ਬਾਰੇ ਚ ਪੜਿਆ ਨਾ ਜான் ਡੋ ਇਜ਼ ਨਾਟ ਅ ਰੀਅਲ ਮੈਨ ਹੀ ਇਜ਼ ਅ ਹਾਈਪੋਥੈਟਿਕਲ ਐਗਜ਼ਾਮਪਲ ਹੀ ਇਜ਼ ਟੇਕਿੰਗ ਔਰ ਇਹ ਜான் ਡੋ ਜੋ ਹੈ ਇਹ ਅਸਲੀ ਵਾਸਤਵਿਕ ਵਿਅਕਤੀ ਨਹੀਂ ਹੈ ਸਿਰਫ ਇੱਕ ਉਦਾਹਰਨ ਦੇ ਤੌਰ ਤੇ ਇੱਕ ਵਿਅਕਤੀ ਨੂੰ ਲਿਆ ਗਿਆ ਆ ਇਨ ਦਾ ਸੈਕੰਡ ਸੀਲ ਦੂਸਰੀ ਮੋਹਰ ਦੇ ਅੰਦਰ I say this because you are believers sitting here. मैं इस घर के कह रहा हूँ क्योंकि तुझी सारे विश्वासी बैठे हुए हो. What did John Doe do? John Doe ने किया क्या? He financed the building of the church. ये John Doe नाम दा व्यक्ति church दे वेचु बड़ा पैसा धंदा या. And he contributed huge for the building of the church. और कलीसिया church दी इमारत देली ये वाद तो वाद हिसाब पहुंचाया. So now he has a place. ਉਹ ਉਹਦਾ ਇੱਕ ਸਥਾਨ ਹੈ ਐਂਬਰਲ ਬ੍ਰਾਨਮ ਸੈਡ ਬਾਈ ਬ੍ਰਾਨਮ ਨੇ ਆਖਿਆ ਇਫ ਯੂ ਡੋਨਟ ਹੈਵ ਅ ਰੀਅਲ ਗੋਡ ਸੈਂਟ ਮੈਨ ਹੀ ਵਿਲ ਫਾਲ ਇਨ ਹਿਸ Trap ਬਾਈ ਬ੍ਰਾਨਮ ਨੇ ਕਿਹਾ ਜੇਕਰ ਕੋਈ ਖੁਦਾ ਦਾ ਅਸਲੀ ਭੇਜਿਆ ਹੋਇਆ ਜਨ ਨਾ ਹੋਵੇ ਤਾਂ ਉਹ ਜੌਨ ਡੋ ਵਰਗੇ ਬੰਦੇ ਦੇ ਜਾਲ ਵਿੱਚ ਫਸ ਜਾਵੇਗਾ ਕਮ ਆਨ ਬ੍ਰਦਰ ਉਹ ਭਾਈ ਜੀ ਯੂ ਆਰ ਸੱਚ ਅ ਸਮਾਲ ਪਲੇਸ ਸਾਡੀ ਜਗ੍ਹਾ ਬੜੀ ਛੋਟੀ ਜੀ ਆ I will get you a bigger one. Oh, me too. No, but deepen that. God has given me blessing. I will donate it for the church. Khuda mein ubarkat de ria. Is kar ke makhli vich apna hissa pa So I'll give it for the church. Payji, al-o-daan. Oh, praise the Lord, brother. God bless you. Oh, payji, Khuda tonubarkat deve. Then Brad Bran says, "One day, what happens?" Or ek din fir kii hovega. Brad Branam "John Doe's wife is sitting in the church who has bobbed hairs." Or jido John Doe bade paise devega church vich te kii hovega. जॉन डोदी पत्नी ने बोदे कराए हुए हैं एंड शी इज सिटिंग इन द बैक और वो बैठी हुई है पीछे एंड हियर कम्स द पास्टर और एक पास्टर आंदा है एंड ही प्रीचेस अगेंस्ट वुमन हैविंग शॉर्ट हेयर और वो औरतों दे बाल कटण दे विरोध प्रचार कर रहा है देन व्हाट हैपेंड की होवेगा सिस्टर जॉन डो didn't feel very nice और जॉन डोदी पत्नी नु बड़ा अच्छा नहीं लग रहा सो शी जस्ट वेप्ड एंड लेफ्ट द चर्च और रोंदी रही ते کلیسیا چو نکل گئی اینڈ लेटर ऑन इन होम ਔਰ ਥੋੜੇ ਸਮੇਂ ਬਾਅਦ ਘਰ ਦੇ ਵਿੱਚ when john doe came home ਜਦੋਂ ਜੌਨ ਡੋ ਘਰ ਵਿੱਚ ਆਇਆ ਸਰ ਯੂ ਸੀ ਉਹਨੇ ਕਿਹਾ ਦੇਖਦੇ ਹੋ ਤੁਸੀਂ ਯੂ ਗੇਵ ਅ ਹਿਊਜ ਅਮਾਉਂਟ ਟੂ ਥਿਸ ਮੈਨ ਟੂ ਬਿਲਡ ਅ ਚਰਚ ਐਂਡ ਹੀ ਇਸ ਮੇਕਿੰਗ ਅ ਫਨ ਆਫ ਮੀ ਇਨ ਦਾ ਮਿਡਲ ਆਫ ਦਾ ਮੀਟਿੰਗ ਤੁਸੀਂ ਦੇਖੋ ਕੀ ਕੀਤਾ ਇੰਨਾ ਪੈਸਾ ਤੁਸੀਂ ਇਸ ਬੰਦੇ ਨੂੰ ਚਰਚ ਦੀ ਇਮਾਰਤ ਬਣਾਉਣ ਲਈ ਦੇ ਦਿੱਤਾ ਪਰ ਉਸ ਬੰਦੇ ਨੇ ਕੀ ਕੀਤਾ ਐਨੇ ਲੋਕਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੱਤੀ ਯੂ نو ਤੁਹਾਨੂੰ ਪਤਾ ਹੈ so john doe also gets angry aur john dono vi gussa hon lag janda hai and he says you know what sir aur ohne kya ke ha why do you speak against shortage oh janda sevak kol e kenda hello minister tusi aurtaan de baal kattan de utte kyon prachar karde ho well the scripture says so jad ke vachan is prakar akhda hai no no the man the pastor says the scripture says like that pastor kenda hai ke vachan is prakar akhda hai but brother ਪਰ ਭਾਈ ਜੀ ਵੀ ਹੈਵ ਟੂ ਬੀ ਬ੍ਰਾਡ ਮਾਈਂਡਡ ਸਾਨੂੰ ਬੜਾ ਖੁੱਲੇ ਦਿਮਾਗ ਦੇ ਹੋਣਾ ਚਾਹੀਦਾ ਕ੍ਰਾਈਸ ਲਵਸ एवरीवन ਸਾਨੂੰ ਹਰ ਇੱਕ ਨੂੰ ਪਿਆਰ ਕਰਨਾ ਚਾਹੀਦਾ ਹੈ ਕ੍ਰਾਈਸ ਲਵਸ एवरीवन ਮਸੀਹ ਨੇ ਸਭ ਨੂੰ ਪਿਆਰ ਕੀਤਾ ਐਂਡ ਯੋਰ ਗੌਸਪਲ ਸ਼ੁੱਡ ਬੀ ਅ ਗੌਸਪਲ ਆਫ ਲਵ ਐਂਡ ਨਾਟ ਹੇਟ ਰੈਡ ਤੇ ਤੁਹਾਡਾ ਸੁਸਮਾਚਾਰ ਪਿਆਰ ਦਾ ਸੁਸਮਾਚਾਰ ਹੋਣਾ ਚਾਹੀਦਾ ਨਾ ਕਿ ਨਫ਼ਰਤ ਦਾ ਵਾਟ ਕਾਈਂਡ ਆਫ ਅ ਮੈਸੇਜ ਆਰ ਯੂ ਪ੍ਰੀਚਿੰਗ ਤੁਸੀਂ ਕਿਸ ਕਿਸਮ ਦਾ ਸੰਦੇਸ਼ ਦੇ ਰਹੇ ਹੋ ਫਰ ਬੈਨਮ ਸੈਡ इब्राहीम ने क्या इफ ही इज नॉट अ होली घोस्ट फिल्म मैन जेकर ए बंदा प्रचारक पवित्र आत्मा पाया हुआ नहीं है ही विल फॉल फॉर द ट्रैप ओ उस जाल विच फस जावेगा यू नो व्हाट ही विल से तन्न पता हो की कवेगा ओके सर आई विल नॉट प्रीच इट ओ कहेगा ठीक है भाई जी जे तन्न बुरा लगदा ते मैं नहीं प्रचार करंगा आई विल बाईपास दिस पॉइंट मैं इस पॉइंट तो लंग जावांगा एंड ब्राहाम सेड फिर पा इब्राहीम ने क्या वी हैव मेनी मिनिस्टर्स हु आर बाईपासिंग द रियल पॉइंट्स एंड नॉट स्पीकिंग इट इन देयर चर्च बिकॉज़ ऑफ दीस थिंग्स ਮੈਂ ਬ੍ਰਾਹਮ ਨੇ ਕਿਹਾ ਕਈ ਐਸੇ ਸੇਵਕ ਹਨ ਜੋ ਇਹਨਾਂ ਪੁਆਇੰਟਾਂ ਨੂੰ ਬਾਈਪਾਸ ਕਰ ਰਹੇ ਹਨ ਸਗੋਂ ਉਹਨਾਂ ਤੋਂ ਲੰਘਦੇ ਜਾ ਰਹੇ ਹਨ ਸਿਰਫ ਇਹਨਾਂ ਗੱਲਾਂ ਦੇ ਕਾਰਨ ਦੇ نو ਇਫ ਦੇ ਪ੍ਰੀਚ ਇਟ ਉਹਨਾਂ ਨੂੰ ਪਤਾ ਹੈ ਕਿ ਇਹ ਗੱਲ ਲਿਖੀ ਆ ਪਰ ਉਹ ਪ੍ਰਚਾਰ ਨਹੀਂ ਕਰਦੇ ਦੇ ਵਿਲ ਬੀ ਟੇਕਨ ਆਊਟ ਆਫ दैट ਪੋਸਟ ਜੇਕਰ ਉਹ ਪ੍ਰਚਾਰ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੋਂ ਹਟਾ ਦਿੱਤਾ ਜਾਵੇਗਾ ਮੈਟ ਮਿ ਟੈਲ ਯੂ ਬ੍ਰਾਦਰ ਪਰ ਭਾਈਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਲਾਜ ਹਾ ਉਸ ਨੋਟ ਫਰੀਡ ਅਬਾਊਟ ਥੈਟ Elijah is catering to God. And he will say just what the Lord said. Amen. What did that messenger told Micaiah the son of Excuse me. What did that messenger who was sent from the told Micaiah the son of Amla? ਆ ਰਾਜੇ ਦੇ ਜੋ ਨੌਕਰ ਹਨ ਜਦੋਂ ਇਹ 임ਲਾ ਦੇ ਪੁੱਤਰ ਮੀਕਾ ਦੇ ਕੋਲ ਭੇਜੇ ਗਏ ਉਹਨਾਂ ਨੇ ਮੀਕਾ ਨੂੰ ਕੀ ਆਖਿਆ ਇਸ ਹੌਬਲ ਬ੍ਰਾਹਮ ਪੁੱਟ ਇਟ ਭਾਈ ਬ੍ਰਾਹਮ ਨੇ ਇਹਨੂੰ ਇਸ ਤਰ੍ਹਾਂ ਰੱਖਿਆ ਇਟਸ ਆਲਸੋ ਇਨ ਦਾ ਵਰਡ ਵਚਨ ਦੇ ਵਿੱਚ ਵੀ ਹੈ ਲਿਸਨ ਮਕਾਇਆ ਮੀਕਾ ਸੁਣ ਯੂ ਸਪੋਕਨ ਅਗੇਂਸਟ ਦਾ ਕਿੰਗ ਸੋ ਮਨੀ ਡੇਸ ਤੂੰ ਰਾਜੇ ਦੇ ਵਿਰੋਧ ਬੜੇ ਦਿਨਾਂ ਤੋਂ ਬੋਲਦਾ ਆ ਰਿਹਾ ਪਰ ਲੈਟ ਮੀ ਟੈਲ ਯੂ ਸਮਥਿੰਗ ਪਰ ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਇਫ ਯੂ ਕੈਨ ਸਪੀਕ ਟੂਡੇ ਫਾਰ ਦਾ ਕਿੰਗ ਕਟੋ ਕਟ ਅੱਜ ਤੇ ਰਾਜੇ ਦੇ ਪੱਖ ਵਿੱਚ ਬੋਲ ਦੇ we will get, we will receive you back in our fellowship je tu rajay de paksh vich bol dein te assi tenu wapas apni sangat vich lai lavange 400 are speaking one thing 400 ik gal bol rahe han then makhaya said mika ne akhya i will just say what the lord says beshak 400 iko gal bol rahe han par main ohi bolanga <laughs> जो यहोवा बोलता है आई विल नॉट जस्ट मिक्स माय वर्ड्स मैं अपने वचन मिक्स नहीं करूंगा मिलावट नहीं करूंगा आई होप यू अंडरस्टैंडिंग इट तो समझ रहे हो देयर इज ऑलवेज Somebody कि कुछ है हु डोंट बाउ टू दैट सिस्टम हमेशा कोई हुंदा या जो दुनिया दे प्रबंध اگے نہیں جھکدا इवन सो देयर विल बी सम टुडे ਇਥੋਂ ਤੱਕ ਅੱਜ ਵੀ ਕੁਝ ਸਨ ਹੂ ਵਿਲ ਨਾਟ ਬਾਉ ਟੂ ਦੈਟ ਇਮੇਜ ਜੋ ਉਸ ਮੂਰਤੀ ਦੀ ਉਪਾਸਨਾ ਨਹੀਂ ਕਰਨਗੇ ਲਿਸਨ ਬ੍ਰਦਰ ਸੁਣੋ ਇਟ ਵਿਲ ਬਿਕਮ ਵੈਰੀ ਸਟਰੋਂਗ ਇਹ ਬੜਾ ਮਜ਼ਬੂਤ ਹੁੰਦਾ ਜਾ ਰਿਹਾ ਹੈ